I'm gonna go to the hospital.
I'm not sure.
ਅਕਾਲ ਪੁਰਖ ਪਰਮੇਸ਼ਰ ਦੀ ਜਿਨ੍ਹਾਂ ਨੂੰ ਬਾਹ ਫੜਾ ਦਿੱਤੀ ਉਹ ਲੋਕ ਕਿਵੇਂ ਭੁੱਲ ਜਾਣਗੇ? ਨਾ ਤੇ ਉਹਨਾਂ ਦੇ ਸਰੀਰ ਵਿੱਚ ਹੁੰਦਿਆਂ ਭੁੱਲੇ ਸਨ ਤੇ ਨਾ ਅੱਜ ਭੁੱਲੇ ਨੇ। ਹਮੇਸ਼ਾ ਉਹਨਾਂ ਨੂੰ ਯਾਦ ਰਹੇਗਾ। ਮਹਾਂਪੁਰਖਾਂ ਦੀ ਯਾਦ ਵਿਸਾਰਦੇ ਨਹੀਂ ਕਿਤੇ ਛੋਟੀ ਗੱਲ ਨਹੀਂ। ਸਾਡੇ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਬਹਾਦਰ ਸਿੰਘ ਜੀ ਮਹਾਰਾਜ ਕਹਿੰਦੇ ਆ, ਕਹਿੰਦੇ ਜਦੋਂ ਸਰੀਰ ਵਿੱਚ ਸਨ ਨਾ, ਜਿੱਥੇ ਜਿੱਥੇ ਉਹਨਾਂ ਨੇ ਜਾਣਾ, ਆਪਾਂ ਮਹਾਂਪੁਰਖ ਬਾਬਾ ਗੱਜਣ ਸਾਹਿਬ ਜੀ ਦਾ ਜੀਵਨ ਪੜ੍ਹ ਰਿਹਾ ਸੀ ਥੋੜਾ ਸਮਾਂ ਪਹਿਲਾਂ। ਉਹਨਾਂ ਨੇ ਜਿੱਥੇ ਜਾਣਾ ਅਕਾਲ ਪੁਰਖ ਪਰਮੇਸ਼ਰ ਦੀ ਤੇ ਵਾਹਿਗੁਰੂ ਦੀ ਗੱਲ ਕਰਦੀ, ਕਮਾਲ ਦੀ ਗੱਲ ਹੈ। ਉਹਨਾਂ ਸਮਿਆਂ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਪ੍ਰਚਾਰ ਸੀ ਬਹੁਤ ਘੱਟ ਸੀ, ਪਰ ਉਹਨਾਂ ਨੇ ਉਦੋਂ ਵੀ ਦੁਨੀਆਂ ਦੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਾਲ ਜੋੜਿਆ। ਜਦੋਂ ਕੇਵਲ ਲੋਕ ਭਗਵੇਂ ਵਸਤਰ ਪਾਉਂਦੇ ਸਨ, ਗਲ ਵਿੱਚ ਮਾਲਾ ਰੱਖਦੇ ਸਨ, ਹਿੰਦੂ ਧਰਮ ਦੀਆਂ ਯਾਤਰਾਵਾਂ ਕਰਦੇ ਸਨ, ਉਸ ਸਮੇਂ ਵੀ ਕਹਿੰਦੇ ਮਹਾਂਪੁਰਖ ਬਾਬਾ ਗੱਜਣ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਨਾਲ ਜੋੜਿਆ। ਔਰ ਜਿਹੜੇ ਜੁੜ ਗਏ ਉਹ ਬਾਬੇ ਜਲ ਤਰ ਜਾਂਦੇ ਨੇ, ਸਾਰੇ
ਸਤਿਗੁਰਾਂ ਦੇ ਪਾਵਨ ਚਰਨਾਂ ਨਾਲ ਜੁੜ ਗਏ, ਜਿਨ੍ਹਾਂ ਨੇ ਸਰਧਾ ਬਣਾ ਲਈ, ਜਿਨ੍ਹਾਂ ਨੇ ਭਾਵਨਾ ਰੱਖ ਲਈ, ਇੱਕ ਕਾਲ ਪੁਰਖ ਪਰਮੇਸ਼ਰ ਤੇ ਟੇਕ ਰੱਖ ਲਈ। ਸਗਤ ਜੀ ਇਸ ਭਵਜਲ ਦੇ ਸਾਗਰ ਤੋਂ ਪਾਰ ਹੋ ਗਿਆ, ਖੁਸ਼ ਸਤਨਾਮ। ਮਹਾਂਪੁਰਖ ਬਾਬਾ ਗੱਜਣ ਸਾਹਿਬ ਜੀ ਨੇ ਸਾਰੀ ਜ਼ਿੰਦਗੀ ਜਿੰਨਾ ਸਮਾਂ ਉਹ ਸਰੀਰ ਵਿੱਚ ਰਹੇ ਔਰ ਦੁਨੀਆਂ ਤੋਂ ਜਾਣ ਤੋਂ ਬਾਅਦ ਵੀ, ਅੱਜ ਮਹਾਂਪੁਰਖਾਂ ਦਾ ਸਾਨੂੰ ਜੀਵਨ ਹੈ ਜਿਹੜਾ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਾਲ ਜੋੜ ਰਿਹਾ, ਖੁਸ਼ ਸਤਨਾਮ ਦੇ ਚਰਨਾਂ ਨਾਲ ਜੋੜ ਰਿਹਾ। ਮੈਂ ਬੇਨਤੀ ਕਰ ਰਿਹਾ ਸੀ ਕਿ ਰੱਬ ਨੂੰ ਮਿਲਣ ਵਾਲੇ ਰਸਤੇ ਤੇ ਜਿੱਥੇ ਆਤਮਾ ਤੇ ਪਰਮਾਤਮਾ ਦਾ ਮਿਲਾਪ ਹੋਣਾ ਨਾ ਸੰਗਤ ਜੀ, ਉਹ ਰਸਤੇ ਤੇ ਤੁਰਨ ਵਾਲੇ ਬੜੇ ਥੋੜੇ ਆ, ਉਹਨਾਂ ਦੀ ਗਿਣਤੀ ਬਹੁਤ ਘੱਟ ਹੈ। ਅੱਜ ਦੇ ਸਮੇਂ ਦੇ ਵਿੱਚ, ਕਲਯੁਗ ਦੇ ਸਮੇਂ ਦੇ ਵਿੱਚ ਚੰਗੇ ਇਨਸਾਨ ਕਰਮਾਂ ਨਾਲ ਮਿਲਦੇ ਆ। ਹੈਨ ਵਿਰਲੇ ਨਾਹੀ ਕਣੇ ਹੈ ਕੱਪੜ ਸੰਸਾਰ, ਆਹ
ਇਸ ਰਸਤੇ ਤੇ ਤਾਂ ਭੀੜ ਨਹੀਂ, ਕਿਉਂਕਿ ਰਸਤੇ ਤੇ ਤੁਰਨ ਵਾਲੇ ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਹੈ, ਚੱਲ ਹੈ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲ। ਕਿਹੜਾ ਰਸਤਾ ਅਪਣਾਇਆ ਜਿਹੜਾ ਸਭ ਤੋਂ ਔਖਾ ਹੈ? ਅਖ ਸਤਨਾਮ, ਕਿਉਂਕਿ ਸਤਿਗੁਰਾਂ ਦੇ ਬਚਨ ਨੇ ਆਖਣ ਔਖਾ ਸੱਚ ਆਉਂਦਾ। ਸਭ ਤੋਂ ਔਖਾ ਹੈ ਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਣਾ, ਪਰ ਜਦੋਂ ਸੱਚੇ ਨਾਮ ਦੀ ਭੁੱਖ ਲੱਗ ਜਾਵੇ, ਸੱਚੇ ਨਾਮ ਕੀ ਲੱਗੇ ਭੂਖ, ਉਤ ਭੁੱਖ ਹੈ ਖਾਏ ਚੱਲੀ ਹੈ ਭੂਖ। ਉਹ ਭੁੱਖ ਪਰਮੇਸ਼ਰ ਦੇ ਨਾਮ ਦੀ ਐਸੀ ਭੁੱਖ ਹੈ ਸੰਗਤ ਜੀ, ਜਿਹੜੀ ਦੁੱਖਾਂ ਨੂੰ ਖਾ ਜਾਂਦੀ। ਆਖੋ ਸਤਨਾਮ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਦੇ ਆ, ਕਹਿੰਦੇ ਸੋ ਕਿਉਂ ਮਿਸਰਾ ਮੇਰੀ ਮਾਏ। ਫਿਰ ਸੰਗਤ ਜੀ ਕਹਿੰਦੇ ਉਹ ਰੱਬ ਵਿਸਰਦਾ ਕਿਉਂ ਹੈ, ਉਦੋਂ ਅਸੀਂ ਦੂਰ ਕਿਉਂ? ਜਦ ਪਰਮੇਸ਼ਰ ਦੇ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਗਈ ਤੇ ਦੁੱਖਾਂ ਦਾ ਨਾਸ ਹੋ ਜਾਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਨਾਮ ਜਪਣ ਦਾ ਇੰਨਾ ਸੁੱਖ ਹੈ, ਫਿਰ ਇਹ ਮਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਆ, ਕਹਿੰਦੇ ਫਿਰ ਉਹ ਵਾਹਿਗੁਰੂ ਉਹ ਸੱਚ ਜਿਹੜਾ ਆਦ ਸੱਚ ਜੁਗਾਦ ਸੱਚ ਹੈ ਕੀ ਸੱਚ, ਫਿਰ ਉਹ ਵਿਸਰਦਾ ਕਿਉਂ ਹੈ? ਬਾਬਾ ਗੱਜਣ ਸਾਹਿਬ ਜੀ ਨੇ ਜਪਿਆ, ਉਹਨਾਂ ਦੀ ਬਰਸੀ ਸਮਾਗਮ ਤੇ ਆਉਂਦੇ ਆ, ਹਰ ਮਹੀਨੇ ਹਰ ਐਤਵਾਰ ਪਹੁੰਚਦੇ ਆ, ਫਿਰ ਉਹਨਾਂ ਦੇ ਨਕਸ਼ੇ ਕਰਮਾਂ ਤੇ ਕਿਉਂ ਨੀ ਤੁਰਦੇ? ਕਿਉਂਕਿ ਔਖੀ ਘਾਟੀ ਵਿਖੜਾ ਪੈਂਦਾ। ਜਿਹੜੇ ਰਸਤੇ ਮਹਾਂਪੁਰਖ ਗਏ, ਉਹ ਰਸਤੇ ਤੇ ਨਹੀਂ ਪਤਾ ਵੀ ਕਈ ਕਈ ਦਿਨ ਪਾਣੀ ਨਾ ਮਿਲੇ, ਕਈ ਕਈ ਦਿਨ ਪਿਆਸੇ ਰਹੀਏ, ਕਈ ਕਈ ਦਿਨ ਭੁੱਖੇ ਰਹੀਏ। ਉੱਥੇ ਤੇ ਕੋਈ ਮਾਰਗ ਹੈ, ਉੱਥੇ ਤੇ ਕੋਈ ਬਾਬਾ ਫਰੀਦ ਸਾਹਿਬ ਜੀ ਦੇ ਬਚਨ ਨੇ, ਰੋਟੀ ਮੇਰੀ ਕੱਠ ਕੀ ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਕਣੇ ਸਹਿਣਗੇ ਦੁੱਖ। ਉੱਥੇ ਸਾਨੂੰ 24 ਘੰਟੇ ਪਦਾਰਥ ਨਹੀਂ ਮਿਲਣੇ, 24 ਘੰਟੇ ਸਾਨੂੰ ਤਰ੍ਹਾਂ ਤਰ੍ਹਾਂ ਦੇ ਪਹੰਤ ਪਹੰਤ ਕੇ ਵਸਤਰ ਨਹੀਂ ਮਿਲਣੇ। ਉੱਥੇ ਤੇ ਰਿਸ਼ਤਾ ਹੀ ਰੱਬ ਦੇ ਨਾਲ ਹੈ, ਕਿਉਂਕਿ ਇਹ ਵਸਤੂਆਂ ਸਾਰੇ ਦੁਨਿਆਵੀ ਪਦਾਰਥ ਨੇ। ਰੱਬ ਦੇ ਰਸਤੇ ਤੇ ਉਦੋਂ ਤੁਰਿਆ ਜਾਵੇਗਾ, ਸੱਚ ਨੂੰ ਲੱਭਣ ਵਾਸਤੇ ਉਦੋਂ ਤੁਰਾਂਗੇ
ਜਦੋਂ ਦੁਨਿਆਵੀ ਪਦਾਰਥਾਂ ਦਾ ਜਿਹੜਾ ਸੰਕਲਪ ਹੈ ਉਹਨੂੰ ਤਿਆਗ ਦਿੱਤਾ। ਖੋ ਸਤਨਾਮ। ਜਦੋਂ ਦੁਨਿਆਵੀ ਪਦਾਰਥ ਸਾਡੇ ਮਨ ਦੇ ਵਿੱਚੋਂ ਨਿਕਲ ਗਏ, ਜਿੰਨਾ ਸਮਾਂ ਉਹ ਪਦਾਰਥ ਵਸਦੇ ਨੇ ਇਹਨਾਂ ਅੰਦਰ, ਜਿੰਨਾ ਸਮਾਂ ਸਾਨੂੰ ਭੁੱਖ ਹੈ ਪਦਾਰਥਾਂ ਦੀ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਸਮਾਂ ਰੱਬ ਨੂੰ ਨਹੀਂ ਮਿਲਿਆ ਜਾਣਾ। ਖੋ ਸਤਨਾਮ। ਰੱਬ ਨੂੰ ਮਿਲਾਂਗੇ ਉਦੋਂ ਜਦੋਂ ਦੁਨਿਆਵੀ ਸੰਕਲਪਾਂ ਦਾ ਤਿਆਗ ਕਰ ਦਿੱਤਾ। ਮਹਾਂਪੁਰਖ ਬਾਬਾ ਗਜਨ ਸਾਹਿਬ ਜੀ ਜਿਨ੍ਹਾਂ ਦੇ ਪਾਵਨ ਸਥਾਨ ਤੇ ਸਾਰੇ ਪਹੁੰਚੇ ਹਾਂ, ਉਹਨਾਂ ਮਹਾਂਪੁਰਖਾਂ ਨੇ ਦੁਨਿਆਵੀ ਸੰਕਲਪ ਤਿਆਗ ਦਿੱਤੇ ਸਨ, ਦੁਨਿਆਵੀ ਪਦਾਰਥ ਤਿਆਗ ਦਿੱਤੇ ਸਨ। ਕਹਿੰਦੇ ਇੱਕ ਕਮਾਲ ਦੀ ਗੱਲ ਸੀ ਮਹਾਂਪੁਰਖ ਬਾਬਾ ਗਜਨ ਸਾਹਿਬ ਜੀ ਦੀ। ਕਹਿੰਦੇ ਮਹਾਂਪੁਰਖ ਫਲੌਣ ਨਗਰ ਦੇ ਵਿੱਚ ਹੋਣੇ ਤੇ ਜਿੱਥੋਂ ਵੀ ਸੰਗਤਾਂ ਨੂੰ ਯਾਦ ਕਰਨਾ, ਜਿੱਥੋਂ ਦੀਆਂ ਸੰਗਤਾਂ ਨੇ ਯਾਦ ਕਰਨਾ, ਕਹਿੰਦੇ ਉੱਥੇ ਚਲੇ ਜਾਂਦੇ ਸਨ। ਆਖੋ ਸਤਨਾਮ। ਸੁਭਨ ਚਰਿੱਤਰ ਮਿੱਤਰ ਬਾਨਕ ਬਣੇ ਵਿਚਿੱਤਰ, ਕਰਮ ਪਵਿੱਤਰ ਮਿੱਤਰ ਆਜ ਮੋਰੇ ਆਏ। ਕਹਿੰਦੇ ਕਿਸੇ ਦੇ ਸੁਪਨੇ ਵਿੱਚ ਚਲਿਆ ਜਾਣਾ, ਕਿਸੇ ਨੂੰ ਪ੍ਰਤੱਖ ਦਰਸ਼ਨ ਦੇ ਦੇਣੇ ਮਹਾਂਪੁਰਖਾਂ ਨੇ। ਇੱਕ ਵਾਰ ਦੀ ਗੱਲ ਹੈ ਗੰਗਾ ਨਗਰ ਦੀ, ਜਿਹੜਾ ਬਿਆਸ ਦਰਿਆ ਦੇ ਨੇੜੇ ਪਿੰਡ ਪੈਂਦਾ ਗੰਗਾ। ਗੰਗਾ ਨਗਰ ਦੇ ਵਿੱਚ ਬੜੇ ਸਾਹੂਕਾਰ ਧਨਾੜ ਲੋਕ ਰਹਿੰਦੇ ਸਨ। ਉਸੇ ਹੀ ਨਗਰ ਦੇ ਵਿੱਚ ਇੱਕ ਮਹਾਂਪੁਰਖ ਰਹਿੰਦੇ ਸਨ, ਸੁਰਜਣ ਸਿੰਘ ਜੀ ਸੋਢੀ। ਉਹ ਨਗਰ ਦੇ ਮਹਾਂਪੁਰਖ ਸਨ। ਕਹਿੰਦੇ ਉੱਥੇ ਮਹਾਂਪੁਰਖਾਂ ਨੇ ਸੰਗਤਾਂ ਦਾ ਭਲਾ ਕਰਨਾ, ਉੱਥੇ ਬਹਿ ਕੇ ਨਾਮ ਜਪਣਾ, ਸਿਮਰਨ ਕਰਨਾ। ਚੰਗੇ ਲੋਕ ਸਨ। ਹਰ ਸਾਲ ਉਹਨਾਂ ਲੋਕਾਂ ਨੇ ਚੜਾਵੇ ਚੜਾਉਣੇ, ਹਰ ਸਾਲ ਮਹਾਂਪੁਰਖਾਂ ਨੂੰ ਦਕਸ਼ਣਾ ਮੱਥਾ ਟੇਕਣੀ। ਬਾਬਾ ਸੁਰਜਣ ਸਿੰਘ ਜੀ ਸੋਢੀ ਸਾਲ ਬਾਅਦ ਚੜਾਵੇ ਚੜਾਉਣੇ ਤੇ ਲੰਗਰ ਲਾਉਣੇ, ਭੰਡਾਰੇ ਕੀਤੇ ਜਾਣੇ। ਪਰ ਜਦੋਂ ਸਮਾਂ ਬੀਤਦਾ ਗਿਆ, ਰਹੀ ਵਾਸਤੇ ਘੱਤ ਸਮੇਂ ਨੇ, ਇੱਕ ਨਾ ਮੰਨੀ ਮੈਂ ਫੜ ਫੜ ਰਹੀ ਤਰੀਕ, ਸਮੇਂ ਤੇ ਸਿਕਾਈ ਕਰਨੀ। ਸਮਾਂ ਬੀਤਦਾ ਗਿਆ, ਆਪਣੀ ਚਾਲੀ ਚੱਲਦਾ ਰਿਹਾ, ਕਿਉਂਕਿ ਜੋ ਸਮਾਂ ਜ ਲੰਘ ਗਿਆ ਸੰਗਤ ਜੀ, ਉਹ ਮੁੜ ਕੇ ਸਮਾਂ ਵਾਪਸ ਨਹੀਂ ਆਉਂਦਾ। ਮਹਾਂਪੁਰਖ ਧਾਰਨਾ ਪੜ੍ਹਿਆ ਕਰਦੇ ਸਨ। Thank you.
Thank you.
पता नहीं जेड़े सुवास आ रहे ने सतगुरु सच्चे पातशाह जी कहंदे आ कहंदे जेड़ा काल है ना इंसान तो साडे सिर तो सवा गिठ उच्चा है काल काल पाए ब्रह्मा बपतरा काल पाए सिरजूर तरा काल पाए कर बिशन प्रकाशा सकल काल का किया तमसा। गुरु गोविंद सिंह महाराज सच्चे पातशाह कहंदे जब चौपाई साहब दे विच फरमान करदे आ कहंदे जेड़े दुनिया नू साजण वाले ने दुनिया नू रोजी रोटी देण वाले ने ते दुनिया नू खत्म करन वाले ने काल पाए ब्रह्मा बपतरा कोटिया दुनिया नू साजण दी काल पाए शिवजू अवतरा कहंदे काल दे ओ भी अधीन हन जेड़े दुनिया नू खत्म करन वाले ने शिवजी महाराज काल पाए कर बिशन प्रकाशा भगवान विष्णु की ड्यूटी लगी है दुनिया नू रोजी रोटी देण दी आखरी पंक्ति विच सतगुरु जी समझा रहे ने काल पाए ब्रह्मा बपतरा काल पाए शिवजू अवतरा काल पाए कर बिशन प्रकाशा सकल काल का किया तमाशा कहदे जेड़े दुनिया नू काल देण वाले ने ना खत्म करन वाले ने रोजी रोटी देण वाले ने पैदाइश देण वाले ने अकाल पुरख परमेश्वर दे कहंदे काल दे ओ भी अधीन हन आखो सतनाम एक दिन मौत सतगुरु कहंदे उहनां नू भी आउणी आ समय दे नाल ओ भी अपना जीवन बदलदे रहिंदे आ पर साडी ते जिंदगी संगत जी बड़ी थोड़ी है ਸਮਿਆਂ ਦੇ ਵਿੱਚ 100-100 ਸਾਲ ਸਵਾ ਸਵਾ 100 ਸਾਲ ਉਮਰਾਂ ਹੁੰਦੀਆਂ ਸਨ ਅੱਜ 60-70 ਸਾਲ ਦੇ ਆਦੇ ਖੜ ਗਏ ਇੰਨੀ ਥੋੜੀ ਜ਼ਿੰਦਗੀ ਵਿੱਚ ਅਸੀਂ ਕੀ ਕਰਨਾ ਗੁਰੂ ਸਾਹਿਬ ਜੀ ਸਮਝਾਉਂਦੇ ਆ ਕਹਿੰਦੇ ਭਾਈ ਜਿੰਨਾ ਸਮਾਂ ਸਵਾਸ ਮਿਲੇ ਨੇ ਉਸ ਕਾਲ ਪੁਰਖ ਪਰਮੇਸ਼ਰ ਦੇ ਜ਼ਿੰਦਗੀ ਬੜੀ ਥੋੜੀ ਹੈ ਤੇ ਬਾਟਾਂ ਲੰਮੀਆਂ ਨੇ ਰਸਤੇ ਬੜੇ ਲੰਮੇ ਨੇ ਇਹ ਤੈਅ ਕਿਵੇਂ ਹੋਣਗੇ ਨਿੱਕੀ ਉਮਰਾਂ ਦੇ ਲੰਮੇ ਲੰਮੇ I'm not afraid of the dark.
ਮਾਂ ਪੁਰਖ ਬਾਬਾ ਗੱਜਣ ਸਾਹ ਜੀ ਦਾ ਇਹੀ ਸੁਨੇਹਾ ਬੰਦ ਕਰਨ ਤੋਂ ਉਪਰੰਤ
ਵੱਡ ਜਦੋਂ ਸਮਾਂ ਹੋਰ ਬੀਤਿਆ ਕਹਿੰਦੇ ਉਹਨਾਂ ਮਹਾਪੁਰਖਾਂ ਨੂੰ ਮਾੜਾ ਚੰਗਾ ਬੋਲ ਕਬੂਲ ਬੋਲਣੇ ਸ਼ੁਰੂ ਕਰ ਦਿੱਤੇ। ਇਹ ਬੇਲੀ ਬੈਂਕੀ ਖਾਂਦੇ ਆ, ਇਹ ਸਾਡੇ ਤੋਂ ਚੜਾਵੇ ਇਕੱਠੇ ਕਰ ਲੈਂਦੇ ਨੇ, ਆਪ ਛਕਦੇ ਨੇ, ਢਿੱਡ ਪਾਲਦੇ ਨੇ, ਭਾਵ ਕੇ ਮਾੜੇ ਚੰਗੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ। ਮਹਾਪੁਰਖ ਬਾਬਾ ਸੁਰਜਨ ਸਿੰਘ ਜੀ ਸੋਢੀ ਨੂੰ ਇੰਨਾ ਤੰਗ ਕਰ ਦਿੱਤਾ, ਕਹਿੰਦੇ ਉਹਨਾਂ ਨੇ ਆਪਣੀ ਚਿਖਾ ਆਪਣੇ ਹੱਥਾਂ ਦੇ ਨਾਲ ਤਿਆਰ ਕਰ ਲਈ। ਆਖੋ ਸਤਨਾਮ, ਸਤਿਗੁਰਾਂ ਦੇ ਬਚਨ ਨੇ। ਪਰ ਜਦੋਂ ਰਾਜ ਮਿਲ ਜਾਂਦਾ, ਰਾਜਨ ਤੇ ਅਭਿਮਾਨਨ, ਜਦੋਂ ਰਾਜ ਮਿਲ ਜਾਵੇ ਤੇ ਰਾਜੇ ਨੂੰ ਸੁਭਾਵਿਕ ਆ ਕਿ ਹੰਕਾਰ ਹੋ ਜਾਣਾ। ਤਪੋ ਰਾਜ ਜਦੋਂ ਹੰਕਾਰ ਹੋ ਗਿਆ, ਫਿਰ ਉਹ ਸਮਾਂ ਵੀ ਬਹੁਤੀ ਦੂਰ ਨਹੀਂ ਰਹਿੰਦਾ ਕਿ ਰਾਜੋ ਨਰਕ ਵੀ ਮਿਲ ਜਾਂਦਾ। ਆਖੋ ਸਤਨਾਮ, ਕਿਉਂਕਿ ਜਦੋਂ ਅਵਮਾਨ ਹੋ ਜਾਵੇ, ਜਦੋਂ ਹੰਕਾਰ ਹੋ ਜਾਵੇ, ਫਿਰ ਮਾੜੇ ਚੰਗੇ ਬੋਲ, ਰੱਬ ਦੇ ਪਿਆਰਿਆਂ ਦੀ ਵੀ ਪਹਿਚਾਣ ਨਹੀਂ ਰਹਿੰਦੀ, ਉਹਨਾਂ ਨੂੰ ਵੀ ਬੋਲ ਕਬੂਲ ਬੋਲ ਜਾਂਦੇ ਨੇ। ਕਹਿੰਦੇ ਉਹਨਾਂ ਮਹਾਂਪੁਰਖਾਂ ਨੂੰ ਬਾਬਾ ਸੁਰਜਨ ਸਿੰਘ ਜੀ ਸੋਢੀ ਨੂੰ ਇੰਨਾ ਤੰਗ ਕਰ ਦਿੱਤਾ ਉਹਨਾਂ ਲੋਕਾਂ ਨੇ, ਮਹਾਂਪੁਰਖਾਂ ਨੇ ਆਪਣੇ ਹੱਥੀ ਚਿਖਾ ਕਹਿੰਦੇ ਆਪਣੀ ਤਿਆਰ ਕਰ ਲਈ। ਜਦੋਂ ਚਿਖਾ ਦੇ ਵਿੱਚ ਮਹਾਂਪੁਰਖ ਤਿਆਰ ਕਰ ਰਹੇ ਸਨ, ਤਿਆਰ ਕਰਦਿਆਂ ਕਰਦਿਆਂ ਕਹਿੰਦੇ ਮਹਾਂਪੁਰਖ ਬਾਬਾ ਗੱਜਣ ਸਾਹਿਬ ਜੀ ਦੀ ਯਾਦ ਆਈ। ਆਖੋ ਸਤਨਾਮ, ਚਿਖਾ ਤਿਆਰ ਕਰ ਰਹੇ ਨੇ। ਚਿਖਾ ਤੇ ਬੈਠਣ ਤੋਂ ਪਹਿਲਾਂ ਕਹਿੰਦੇ ਮਹਾਂਪੁਰਖ ਬਾਬਾ ਗੱਜਣ ਸਾਹਿਬ ਜੀ ਯਾਦ ਆਈ,
महापुरुष इस फलान नगर दे विच सन संगतां नूं उपदेश दे रहे सन कीर्तन हो रहे सन कहिंदे जदों याद आई महापुरखां ने सेवादारां नूं आख्या कि घोड़ी लेके आओ संगत बड़ी हैरान भी महापुरख दे दीवान सजिया होया सी उपदेश दे रहे सन रब दी गल कर रहे सन पर इन्हां ने घोड़ी क्यों मंगा ली भाई जल्दी तो जल्दी घोड़ी लेके आओ कहते बेनती करी सेवादारा ने महापुरखो की गल सानू दस दिओ जे कोई काम असी करे आउने आ कहते नहीं भाई तुहाडे करन दा काम नहीं ते सानू ही जाना पैणा आखो सतनाम कहते महापुरख बाबा गजन साह जी ने घोड़ी नू अड्डी मारी ते किथे पहुंचदे ने उस तंग नगर दे विच पहुंच गए महापुरख ਜਿੱਥੇ ਬਾਬਾ ਸੁਰਜਨ ਸਿੰਘ ਜੀ ਸੋਢੀ ਆਪਣੀ ਚਿਖਾ ਤਿਆਰ ਕਰ ਰਹੇ ਸਨ ਜਦੋਂ ਮਹਾਂਪੁਰਖ ਗਏ ਤੇ ਮਹਾਂਪੁਰਖ ਪੁੱਛਦੇ ਨੇ ਕਹਿੰਦੇ ਬਾਬਾ ਜੀ ਕੀ ਗੱਲ ਆਪਣੇ ਹੱਥੀ ਆਪਣੀ ਚਿਖਾ ਤਿਆਰ ਕਰ ਰਹੇ ਹੋ ਕਹਿੰਦੇ ਮਹਾਂਪੁਰਖੋ ਇਹ ਨਗਰ ਦੇ ਲੋਕ ਅੱਜ ਤੋਂ ਕੁਝ ਸਮਾਂ ਪਹਿਲਾਂ ਬੜੇ ਚੜਾਵੇ ਚੜਾਉਂਦੇ ਸਨ ਦਸਵੰਧ ਕੱਢਦੇ ਸਨ ਚੜਾਵੇ ਚੜਾਉਣ ਦੀ ਕੋਈ ਗੱਲ ਨਹੀਂ ਚੜਾਉਣ ਤਾਂ ਭਾਵੇਂ ਨਾ ਚੜਾਉਣ ਪਰ ਬੋਲ ਕਬੂਲ ਉਹ ਕੌਣ ਸਹੇ 24 ਘੰਟੇ ਵਾਲੇ ਚੰਗੇ ਬੋਲ ਬੋਲਦੇ ਰਹਿੰਦੇ ਆ ਬੜਾ ਸਮਝਾਇਆ ਪਰ ਇਹਨਾਂ ਨੂੰ ਸਮਝ ਨਾ ਆਈ ਮਹਾਂਪੁਰਖ ਬਾਬਾ ਗੱਜਣ ਸਾਹਿਬ ਨੇ ਕਹਿੰਦੇ ਉੱਧਰ ਚਿਖਾ ਤੇ ਬੈਠ ਰਹੇ ਨੇ ਬਾਬਾ ਸੁਰਜਣ ਸਿੰਘ ਜੀ ਮਹਾਂਪੁਰਖ ਬਾਬਾ ਗੱਜਣ ਸਾਹਿਬ ਜੀ ਨੇ ਜਾ ਕੇ ਹੱਥ ਫੜ ਲਿਆ ਮਹਾਂਪੁਰਖੋ ਇਹ ਕੰਮ ਨਹੀਂ ਕਰਨਾ ਸਾਡੇ ਲਈ ਹੁਕਮ ਦੱਸੋ ਵੀ ਅਸੀਂ ਕੀ ਕਰੀਏ ਬਾਬਾ ਗੱਜਣ ਸਾਹਿਬ ਜੀ ਕਹਿੰਦੇ ਹੁਣ ਬਾਬਾ ਸੁਰਜਣ ਸਿੰਘ ਜੀ ਨੇ ਹੱਥ ਜੋੜੇ ਕਹਿੰਦੇ ਮਹਾਂਪੁਰਖੋ ਤੁਸੀਂ ਤੇ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਮੈਂ ਤੁਹਾਨੂੰ ਹਿਰਦੇ ਦੇ ਵਿੱਚੋਂ ਯਾਦ ਕਰਿਆ ਤੁਸੀਂ ਪਛਾਣ ਲਿਆ ਤੇ ਘੋੜੀ ਨੂੰ ਅੱਡੀ ਮਾਰ ਕੇ ਤੁਸੀਂ ਇੱਥੇ ਪਹੁੰਚ ਗਏ ਹੁਣ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਬਾਬਾ ਸੁਰਜਣ ਸਿੰਘ ਜੀ ਕਹਿੰਦੇ ਮਹਾਂਪੁਰਖੋ ਤੁਸੀਂ ਤੇ ਘੱਟਾਂ ਘੱਟਾਂ ਦੀਆਂ ਜਾਣਨ ਵਾਲੇ ਹੋ ਤੁਹਾਨੂੰ ਕਹਿਣ ਦੀ ਲੋੜ ਨਹੀਂ ਕਹਿੰਦੇ ਫਿਰ ਕੀ ਕਰਿਆ ਕਹਿੰਦੇ ਜਿਹੜਾ ਪਰਿਵਾਰ ਮਹਾਂਪੁਰਖਾਂ ਨੂੰ ਤੰਗ ਕਰਦਾ ਸੀ ਨਾ ਸੰਗਤ ਜੀ ਬੋਲ ਕਬੋਲ ਅਸੀਂ ਵੀ ਬੜੇ ਬੋਲਦੇ ਹਾਂ ਕੋਈ ਸਾਧੂ ਆ ਜਾ ਨੂੰ ਪੁਰਾਣੇ ਲੋਕ ਆਖਦੇ ਸਨ ਲਾਂਗੜ ਮਾਰਨਾ ਅੱਜ ਕਮਰ ਕਸਾ ਕਹਿ ਦਿੰਦੇ ਉਹ ਲਾਂਗੜ ਕਹਿੰਦੇ ਦੇ ਸੀ ਕਹਿੰਦੇ ਮਹਾਂਪੁਰਖਾਂ ਦੇ ਲੱਕ ਨੂੰ ਲਾਂਗੜ ਮਾਰਿਆ ਕਹਿੰਦੇ ਉਹ ਲਾਂਗੜ ਦੇ ਵਿੱਚ ਫਸ ਗਈਆਂ ਆਖੋ ਸਤਨਾਮ ਗੋਲੀ ਨਹੀਂ ਲੱਗੀ ਮਹਾਂਪੁਰਖਾਂ ਦੇ ਕਹਿੰਦੇ ਫਿਰ ਮਹਾਂਪੁਰਖ ਰੁਕ ਕੇ ਕਹਿੰਦੇ ਪੁੱਛਦੇ ਨੇ ਉਹਨੂੰ ਵੀ ਕਿਹਾ ਕੁਝ ਕਹਿੰਦੇ ਦੱਸ ਵੀ ਤੈਨੂੰ ਤੋਰਿਆ ਕਿਵੇਂ ਆ ਕਹਿੰਦੇ ਮਹਾਂਪੁਰਖੋ ਜਿੱਥੇ ਤੁਸੀਂ ਰੋਜ਼ ਜਾਂਦੇ ਹੋ ਨਾ ਉਸੇ ਪਰਿਵਾਰ ਨੇ ਮੈਨੂੰ ਤੋਰਿਆ ਆਖੋ ਸਤਨਾਮ ਵਚਨ ਨਹੀਂ ਕਰਿਆ ਮਹਾਂਪੁਰਖਾਂ ਨੇ ਕਹਿੰਦੇ ਗੋਲੀਆਂ ਕੱਢੀਆਂ ਉਹਦੇ ਹੱਥ ਤੇ ਫੜਾ ਦੀਆਂ ਕਹਿੰਦੇ ਤੂੰ ਸਾਨੂੰ ਦਿੱਤੀਆਂ ਨੇ ਦੋ ਗੋਲੀਆਂ ਆ ਚੱਕ ਦੋ ਤੂੰ ਲੈ ਲਾ ਆਖੋ ਸਤਨਾਮ ਦੋ ਗੋਲੀਆਂ ਵਾਪਸ ਉਹਦੇ ਹੱਥ ਤੇ ਧਰ ਦਿੱਤੀਆਂ ਦੋ ਤੂੰ ਲੈ ਲਾ ਜਦੋਂ ਕਹਿੰਦੇ ਵਾਪਸ ਉਹਨਾਂ ਦੇ ਚੌਧਰੀਆਂ ਕੋਲੇ ਗਿਆ ਉਹਨਾਂ ਨੂੰ ਬੜਾ ਸਮਝਾਇਆ ਉਹ ਰੱਬ ਦੇ ਪਿਆਰੇ ਨੇ ਉਹ ਸਾਧੂ ਨੇ ਤੁਸੀਂ ਮਾੜੇ ਬੋਲ ਨਾ ਬੋਲਿਆ ਕਰੋ ਪਰ ਇੱਕ ਨਾ ਸੁਣੀ ਕਹਿੰਦੇ ਗੱਲਬਾਤ ਕਰਨ ਤੋਂ ਬਾਅਦ ਜਦੋਂ ਆਪਣੇ ਘਰ ਗਿਆ ਕਹਿੰਦੇ ਉਹੀ ਬੰਦੂਕ ਦੁਬਾਰੇ ਭਰੀ ਤੇ ਆਪਣੇ ਸਿਰ ਵਿੱਚ ਦੋ ਗੋਲੀਆਂ ਮਾਰ ਲਈਆਂ ਆਖੋ ਸਤਨਾਮ ਇਹ ਨੇ ਸਾਧੂ ਦੇ ਬਚਨ ਭਾਵੇਂ ਭਾਵੇਂ ਚੰਦਰਮਾ ਨਾ ਸੁਮੋ
ਵਿੱਚੇ ਖਤਮ ਹੋ ਗਿਆ ਇਸੇ ਕਰਕੇ ਕਹਿੰਦੇ ਆ ਬਾਬਾ ਗੱਜਣ ਸਾਹਿਬ ਜੀ ਮਹਾਂਪੁਰਖਾਂ ਨੂੰ ਕਿਹਾ ਮਹਾਂਪੁਰਖੋ ਤੁਸੀਂ ਸਭ ਕੁਝ ਜਾਣਦੇ ਹੋ ਸਾਡੇ ਨਾਲ ਜੋ ਕੁਝ ਹੋ ਰਿਹਾ ਹੁਣ ਮਹਾਂਪੁਰਖ ਬਾਬਾ ਗੱਜਣ ਸਾਹਿਬ ਜੀ ਕਹਿੰਦੇ ਉੱਥੇ ਠਹਿਰੇ ਤਿੰਨ ਦਿਨ ਰੁਕੇ ਮਹਾਂਪੁਰਖ ਸਵੇਰੇ ਤੇ ਸ਼ਾਮ ਕਹਿੰਦੇ ਘੋੜੀ ਤੇ ਸਵਾਰ ਹੋਣਾ ਤੇ ਉਹ ਘਰ ਦੇ ਉੱਪਰ ਦੀ ਗੇੜਾ ਲਾ ਕੇ ਆਉਣਾ ਜਦੋਂ ਤਿੰਨ ਦਿਨ ਗੇੜੇ ਕੱਢਦੇ ਰਹੇ ਪਛਾਣਿਆ ਉਹ ਪਰਿਵਾਰ ਨੇ ਫਿਰ ਵੀ ਨਹੀਂ ਕਿਉਂਕਿ ਹੰਕਾਰ ਸੀ ਜਿਹੜਾ ਸਿਰ ਨੂੰ ਚੜ ਗਿਆ ਫਿਰ ਉੱਥੇ ਰੱਬ ਦੀ ਕਿੱਥੇ ਪਛਾਣ ਹਰਜੂ ਹੰਕਾਰ ਨਾ ਭਾਵੀ ਬੇਵਕੂਫ ਸੁਣਾ ਮੈਂ ਜਦੋਂ ਤਿੰਨ ਦਿਨ ਬੀਤ ਗਏ ਨਾ ਹੁਣ ਜਿਹੜੇ ਉਹ ਚੌਧਰੀ ਸਨ ਪਰਿਵਾਰ ਵਾਲੇ ਕਹਿੰਦੇ ਉਹਨਾਂ ਨੇ ਆਪਣੇ ਸਾਰੇ ਜਿੰਨੇ ਨੌਕਰ ਸਨ ਉਹਨਾਂ ਨੂੰ ਇਕੱਠੇ ਕਰਿਆ ਕਹਿੰਦੇ ਇਹਦਾ ਕਰੋ ਆ ਇੱਕ ਸਾਧ ਆਇਆ ਕਹਿੰਦੇ ਜਿਹੜਾ ਘੋੜੀ ਤੇ ਚੜ੍ਹ ਕੇ ਆਉਂਦਾ ਰੋਜ਼ ਜਿਹੜਾ ਇਸ ਸਾਧ ਨੂੰ ਗੋਲੀ ਮਾਰੇਗਾ ਧਿਆਨ ਦੇਣਾ ਸੰਗਤ ਜੀ ਜਿਹੜਾ ਇਸ ਸਾਧ ਤੇ ਗੋਲੀ ਮਾਰੇਗਾ ਉਹਨੂੰ ਇੱਕ ਘੋੜੀ 500 ਰੁਪਈਆ ਉਸ ਸਮੇਂ ਦਾ ਨਗਦ ਤੇ 2 ਸੋਨੇ ਦੇ ਕੜੇ ਪਾਏ ਜਾਣਗੇ ਆਖੋ ਸਤਨਾਮ ਉਹ ਪਰਿਵਾਰ ਨੇ ਕਿਹਾ ਉਹ ਜਿਹੜੇ ਚੌਧਰੀ ਪਰਿਵਾਰ ਸਨ ਕਹਿੰਦੇ ਸਾਰੇ ਸੇਵਾਦਾਰ ਉਹਦੇ ਨੌਕਰਾਂ ਨੇ ਜਵਾਬ ਦਿੱਤਾ ਇੱਕ ਮੱਝ ਵੀ ਸੀ ਉਹਦਾ ਸੇਵਾਦਾਰ ਨੌਕਰ ਸੀ ਜਿਹੜਾ ਰੱਖਿਆ
ਕਹਿੰਦੇ ਉਹ ਆਖਦਾ ਕਹਿੰਦਾ ਜੀ ਬੰਦੂਕ ਮੈਨੂੰ ਦਿਓ ਤੇ ਮੈਂ ਮਾਰਾਂਗਾ ਤੂੰ ਸਤਨਾਮ। ਮਹਾਂਪੁਰਖ ਗੇੜਾ ਲਾਉਂਦੇ ਸਨ ਘਰ ਦੇ ਉੱਤੋਂ ਦੀ ਤੇ ਜੰਗਲ ਦੇ ਵਿੱਚ ਜਾ ਕੇ ਠਹਿਰ ਜਾਂਦੇ ਸਨ, ਉੱਥੇ ਸਿਮਰਨ ਕਰਦੇ ਸਨ। ਹੁਣ ਜਦੋਂ 3 ਦਿਨ ਬੀਤੇ ਕਹਿੰਦੇ ਕੱਲ ਨੂੰ ਟਾਈਮ ਦਾ ਪਤਾ ਸੀ ਵੀ ਕਿੰਨੇ ਕੁ ਵਜੇ ਆਉਂਦੇ ਆ ਮਹਾਂਪੁਰਖ। ਕਹਿੰਦੇ ਉਹ ਜਿਹੜਾ ਮਾਝਵੀ ਸੀ ਉਹ ਹੱਥ ਵਿੱਚ ਬੰਦੂਕ ਫੜ ਕੇ ਲੈ ਕੇ ਗਿਆ ਤੇ ਝਾੜੀਆਂ ਦੇ ਵਿੱਚ ਜਾ ਕੇ ਛੁਪ ਗਿਆ, ਜਦੋਂ ਇੱਥੋਂ ਦੀ ਲੰਘਣਗੇ ਤੇ ਮੈਂ ਗੋਲੀ ਮਾਰਾਂਗਾ। ਹੁਣ ਜਦੋਂ ਮਹਾਂਪੁਰਖ ਆਪਣੀ ਨਿਤਾ ਨੇਮ ਦੇ ਅਨੁਸਾਰ ਸਿਮਰਨ ਕਰਿਆ, ਸਿਮਰਨ ਕਰਨ ਤੋਂ ਬਾਅਦ ਜਦੋਂ ਘੋੜੀ ਤੇ ਸਵਾਰ ਹੋ ਕੇ ਤੁਰਨ ਲੱਗੇ ਨਾ, ਮਹਾਂਪੁਰਖ ਆ ਰਹੇ ਨੇ ਤੇ ਉਹ ਝਾੜੀਆਂ ਦੇ ਵਿੱਚ ਛੁਪਿਆ। ਕਹਿੰਦੇ ਮਹਾਂਪੁਰਖਾਂ ਨੂੰ 2 ਗੋਲੀਆਂ ਮਾਰੀਆਂ ਬਾਬਾ ਗੱਜਣ ਸਾਹਿਬ ਨੂੰ। ਇਹਨਾਂ ਦੇ ਜੀਵਨ ਦਾ ਬਿਰਤਾਂਤ ਹੈ। 2 ਗੋਲੀਆਂ ਮਾਰੀਆਂ, ਕਹਿੰਦੇ ਮਹਾਂਪੁਰਖ ਆਪਣੇ ਲੱਕ ਨੂੰ, ਪੁਰਾਣੇ ਲੋਕ ਆਖਦੇ ਸਨ ਲਾਂਗੜ ਮਾਰਨਾ, ਅੱਜ ਕਮਰ ਕਸਾ ਕਹਿ ਦਿੰਦੇ, ਉਹਨੂੰ ਲਾਂਗੜ ਕਹਿੰਦੇ ਦੇਸੀ। ਕਹਿੰਦੇ ਮਹਾਂਪੁਰਖਾਂ ਦੇ ਲੱਕ ਨੂੰ ਲਾਂਗੜ ਮਾਰਿਆ, ਕਹਿੰਦੇ ਲਾਂਗੜ ਦੇ ਵਿੱਚ ਫਸ ਗਈਆਂ ਤੂੰ ਸਤਨਾਮ। ਗੋਲੀ ਨੀ ਲੱਗੀ ਮਹਾਂਪੁਰਖਾਂ ਦੇ। ਕਹਿੰਦੇ ਫਿਰ ਮਹਾਂਪੁਰਖ ਰੁਕ ਕੇ ਕਹਿੰਦੇ ਪੁੱਛਦੇ ਨੇ, ਉਹਨੂੰ ਨੀ ਕਿਹਾ ਕੁਝ, ਕਹਿੰਦੇ ਦੱਸ ਵੀ ਤੈਨੂੰ ਤੋਰਿਆ ਕਿਵੇਂ ਆ। ਕਹਿੰਦੇ ਮਹਾਂਪੁਰਖੋ, ਜਿੱਥੇ ਤੁਸੀਂ ਰੋਜ਼ ਜਾਂਦੇ ਹੋ ਨਾ ਉਸੇ ਪਰਿਵਾਰ ਨੇ ਮੈਨੂੰ ਤੋਰਿਆ ਤੂੰ ਸਤਨਾਮ। ਵਚਨ ਨੀ ਕਰਿਆ ਮਹਾਂਪੁਰਖਾਂ ਨੇ। ਕਹਿੰਦੇ ਗੋਲੀਆਂ ਕੱਢੀਆਂ ਉਹਦੇ ਹੱਥ ਤੇ ਫੜਾ ਦੀਆਂ, ਕਹਿੰਦੇ ਤੂੰ ਸਾਨੂੰ ਦਿੱਤੀਆਂ ਨੇ 2 ਗੋਲੀਆਂ, ਆ ਚੱਕ 2 ਤੂੰ ਲੈ ਲਾ ਤੂੰ ਸਤਨਾਮ। ਸ੍ਰੀ ਵਾਹਿਗੁਰੂ। 2 ਗੋਲੀਆਂ ਵਾਪਸ ਉਹਦੇ ਹੱਥ ਤੇ ਧਰ ਦਿੱਤੀਆਂ, 2 ਤੂੰ ਲੈ ਲਾ। ਜਦੋਂ ਕਹਿੰਦੇ ਵਾਪਸ ਉਹਨਾਂ ਦੇ ਚੌਧਰੀਆਂ ਕੋਲੇ ਗਿਆ, ਉਹਨਾਂ ਨੂੰ ਬੜਾ ਸਮਝਾਇਆ, ਉਹ ਰੱਬ ਦੇ ਪਿਆਰੇ ਨੇ, ਉਹ ਸਾਧੂ ਨੇ, ਤੁਸੀਂ ਮਾੜੇ ਬੋਲ ਨਾ ਬੋਲਿਆ ਕਰੋ। ਪਰ ਇੱਕ ਨਾ ਸੁਣੀ। ਕਹਿੰਦੇ ਗੱਲਬਾਤ ਕਰਨ ਤੋਂ ਬਾਅਦ ਜਦੋਂ ਆਪਣੇ ਘਰ ਗਿਆ, ਕਹਿੰਦੇ ਉਹੀ ਬੰਦੂਕ ਦੁਬਾਰੇ ਭਰੀ ਤੇ ਆਪਣੇ ਸਿਰ ਵਿੱਚ 2 ਗੋਲੀਆਂ ਮਾਰ ਲਈਆਂ ਤੂੰ ਸਤਨਾਮ। ਇਹ ਨੇ ਸਾਧੂ ਦੇ ਬਚਨ। ਭਾਵੇਂ ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਕਹਿੰਦੇ ਵਚਨ ਕਰ ਦਿੱਤਾ। ਉਹ ਜਿਹੜਾ ਮਜ਼ਬੀ ਸੀ ਕਹਿੰਦੇ ਆਪੇ ਬੰਦੂਕ ਭਰੀ ਤੇ ਸਿਰ ਵਿੱਚ ਗੋਲੀਆਂ ਮਾਰ ਕੇ ਮਰ ਗਿਆ। ਉਸ ਤੋਂ ਬਾਅਦ ਕਹਿੰਦੇ ਉਹਨਾਂ ਨੇ ਬੋਲ ਕਬੋਲ ਬੋਲਣੇ ਬੰਦ ਨਹੀਂ ਕਰੇ, ਉਸੇ ਤਰ੍ਹਾਂ ਬੋਲਦੇ ਰਹੇ। ਫਿਰ ਮਹਾਂਪੁਰਖ ਬਾਬਾ ਗੱਜਣ ਸਾਹਿਬ ਜੀ ਜੋ ਹੱਥ ਦੇ ਵਿੱਚ 24 ਘੰਟੇ ਰੱਖਦੇ ਸਨ, ਕਹਿੰਦੇ ਮਹਾਂਪੁਰਖ ਬਿਆਸ ਦਰਿਆ ਤੇ ਗਏ। ਬਿਆਸ ਦਰਿਆ ਤੇ ਗਏ, ਕਹਿੰਦੇ ਬਿਆਸ ਦਰਿਆ ਤੋਂ 5 ਕਿਲੋਮੀਟਰ ਦੂਰ ਸੀ ਉਹਨਾਂ ਦੇ ਘਰ ਤੋਂ ਬਿਆਸ ਦਰਿਆ। ਕਹਿੰਦੇ ਮਹਾਂਪੁਰਖ ਦਰਿਆ ਦੇ ਵਿੱਚੋਂ ਇੱਕ ਲੀਕ ਖਿੱਚ ਕੇ ਲਿਆਏ, ਲੈਣ ਲਿਆ ਕੇ ਉਹਨਾਂ ਦੇ ਘਰ ਨੂੰ ਲਾ ਦਿੱਤੀ। ਮਹਾਂਪੁਰਖ ਅਜੇ ਪਹੁੰਚੇ ਹੀ ਸਨ,
ਕਹਿੰਦੇ ਬਿਆਸ ਦਰਿਆ ਦਾ ਪਾਣੀ ਚੜ ਕੇ ਠਾਠਾ ਮਾਰਦਾ ਛੱਲਾ ਮਾਰਦਾ ਦਰਿਆ ਰਿਹਾ ਕੋ ਸਤਨਾਮ ਜਿਹੜਾ ਚੌਧਰੀਆਂ ਦਾ ਘਰ ਸੀ ਕਹਿੰਦੇ ਅੱਖਾਂ ਦੇ ਸਾਹਮਣੇ ਮਹਾਂਪੁਰਖਾਂ ਦੇ ਉਹ ਪਰਿਵਾਰ ਵਾਲੇ ਤੇ ਨਿਕਲ ਗਿਆ ਕਹਿੰਦੇ ਸਾਰਾ ਘਰ ਢਹਿ ਢੇਰੀ ਹੋ ਗਿਆ ਅੱਖਾਂ ਦੇ ਸਾਹਮਣੇ ਨਾਲੇ ਇਤਿਹਾਸ ਵਿੱਚ ਲਿਖਿਆ ਹੋਇਆ ਕਹਿੰਦੇ ਮਹਾਂਪੁਰਖਾਂ ਦੇ ਉਹਨਾਂ ਦੇ ਘਰ ਤੋਂ ਪਹਿਲਾਂ ਇੱਕ ਕੁਮਾਰ ਦਾ ਘਰ ਸੀ ਨਾਲੇ ਕਹਿੰਦੇ ਥੋੜੀ ਮਿੱਥ ਸੀ ਉਹ ਕੁਮਾਰ ਦਾ ਘਰ ਛੱਡਿਆ ਉਹ ਦਰਿਆ ਨੇ ਜਾ ਕੇ ਉਹਨਾਂ ਦੇ ਮਹਿਲਾਂ ਦੀਆਂ ਜਿਹੜੀਆਂ ਨੀਹਾਂ ਸੀ ਕਹਿੰਦੇ ਉਹ ਖੋਰ ਦਿੱਤੀਆਂ ਅੱਖਾਂ ਦੇ ਸਾਹਮਣੇ ਪਲ ਕੇ ਝਮਕ ਦੇ ਵਿੱਚ ਕਹਿੰਦੇ ਉਹਨਾਂ ਦਾ ਘਰ ਸੀ ਜਿਹੜਾ ਮਹਿਲ ਸੀ ਢਹਿ ਢੇਰੀ ਹੋ ਗਿਆ ਬੋਲ ਕਬੂਲ ਬੋਲਣੇ ਫਿਰ ਵੀ ਬੰਦ ਨਹੀਂ ਕਰਿਆ ਸਤਨਾਮ ਫਿਰ ਵੀ ਉਸੇ ਤਰ੍ਹਾਂ ਬੋਲਦੇ ਗਏ ਕਿਉਂਕਿ ਜਦੋਂ ਮਾਇਆ ਦਾ ਨਸ਼ਾ ਸਿਰ ਨੂੰ ਚੜ ਜਾਵੇ ਤਾਂ ਮਾਇਆ ਬਿਨਾਂ ਸਰਦਾ ਵੀ ਨਹੀਂ ਮਾਇਆ ਗੁਜ਼ਾਰੇ ਵਾਸਤੇ ਹੋਣੇ ਵੀ ਜ਼ਰੂਰੀ ਆ ਪਰ ਇਹਦਾ ਨਸ਼ਾ ਨਾ ਚੜੇ ਜਦੋਂ ਨਸ਼ਾ ਬਣ ਜਾਵੇ ਤੇ ਫਿਰ ਇਹ ਫੁੱਲਾਂ ਦਾ ਨਾਸ ਕਰ ਦਿੰਦੀ ਆ ਕੋ ਸਤਨਾਮ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ ਜੋ ਇਸ ਕੀ ਸੇਵਾ ਕਰੇ ਇਸ ਹੀ ਕੋ ਫਿਰ ਜਿਹੜਾ ਬਹੁਤਾ ਪਿਆਰ ਕਰਨ ਲੱਗ ਜਾਂਦਾ ਕਹਿੰਦੇ ਫਿਰ ਮਾਇਆ ਹੀ ਖਤਮ ਕਰ ਦਿੰਦੀ ਹੈ ਹੁਣ ਸਮਾਂ ਬੀਤਿਆ ਕਹਿੰਦੇ ਮਹਾਂਪੁਰਖ ਬਾਬਾ ਗੱਜਣ ਸਾਹਿਬ ਜੀ ਉਹ ਲੀਕ ਖਿੱਚ ਕੇ ਵਾਪਸ ਆ ਗਏ ਤੇ ਮਕਾਨ ਘਰ ਉਹਨਾਂ ਦਾ ਢਹਿ ਢੇਰੀ ਹੋ ਗਿਆ ਸਾਲ ਕੁ ਬਾਅਦ ਕਹਿੰਦੇ ਉਹਨਾਂ ਨੇ ਨਵਾਂ ਮਕਾਨ ਫਿਰ ਬਣਾ ਲਿਆ ਉੱਚੀ ਜਗ੍ਹਾ ਤੇ ਫਿਰ ਦੁਬਾਰਾ ਬਣਾ ਲਿਆ ਕਹਿੰਦੇ ਹੁਣ ਸਮਾਂ ਬੀਤਿਆ ਦੁਬਾਰਾ ਫਿਰ ਕਹਿੰਦੇ ਦਰਿਆ ਛੱਲਾ ਮਾਰਦਾ ਆ ਰਿਹਾ ਠਾਠਾ ਮਾਰਦਾ ਆ ਰਿਹਾ ਫਿਰ ਮਕਾਨ ਢਹਿ ਗਿਆ ਇਤਿਹਾਸ ਦੱਸਦਾ ਕਹਿੰਦੇ ਤਿੰਨ ਵਾਰ ਉਹਨਾਂ ਨੇ ਮਕਾਨ ਬਣਾਇਆ ਤੇ ਤਿੰਨੋਂ ਵਾਰ ਮਕਾਨ ਢਹਿ ਢੇਰੀ ਹੋ ਗਿਆ ਜਦੋਂ ਤੀਜੀ ਵਾਰ ਮਕਾਨ ਡਿੱਗਿਆ ਨਾ ਤੇ ਸਾਰਾ ਪਰਿਵਾਰ ਵਿੱਚੇ ਖਤਮ ਹੋ ਗਿਆ ਆਖੋ ਸਤਨਾਮ ਵਿੱਚੇ ਖਤਮ ਹੋ ਗਿਆ ਇਸੇ ਕਰਕੇ ਕਹਿੰਦੇ ਆ
ਪਿਆਰਿਆਂ ਦੇ ਨਾਲ ਮੱਥਾ ਲਾਇਆ, ਜਿਸ ਨੇ ਮਾੜਾ ਸੋਚਿਆ। ਗੁਰੂ ਸਾਹਿਬ ਜੀ ਕਹਿੰਦੇ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿੰਨ ਦੀਨਾ ਤਾਤ, ਪੁੱਤਰ ਮੀਤ ਧਨ ਕਿਛੂ ਨਾ ਰਹਿਓ। ਉਹ ਛੋੜ ਗਿਆ ਸਭ ਭਾਈ ਸਾਤ, ਜਿਹਨੇ ਮੱਥਾ ਲਾ ਲਿਆ। ਫਿਰ ਰੱਬ ਦੇ ਪਿਆਰਿਆਂ ਨੇ ਸੰਗਤ ਜੀ ਬਖਸ਼ਿਆ ਨੀ ਆਖੋ ਸਤਨਾਮ। ਮਹਾਂਪੁਰਖ ਬਾਬਾ ਕੁਲਦੀਪ ਸਿੰਘ ਜੀ ਕੁਲਾਲ ਵਾਲੇ ਧਾਰਨਾ ਪੜਿਆ ਕਰਦੇ ਸਨ। ਮੈਨੂੰ ਯਾਦ ਆ ਬਚਪਨ ਦੇ ਵਿੱਚ ਮਹਾਂਪੁਰਖ ਬਾਬਾ ਗੱਜਣ ਸਾਹਿਬ ਜੀ ਆਪਣੇ ਕਮਰੇ ਵਿੱਚ ਆਪਣੀ ਛੱਪੜੀ ਵਿੱਚ ਚਲੇ ਗਏ। ਚਾਰ ਪੁੱਤਰ ਸਨ ਮਹਾਂਪੁਰਖਾਂ ਦੇ, ਕਹਿੰਦੇ ਚਾਰਾਂ ਨੂੰ ਹੁਕਮ ਕਰ ਦਿੱਤਾ ਵੀ ਕੋਈ ਵੀ ਆਵੇ ਤੇ ਅਸੀਂ ਨੀ ਕਿਸੇ ਨੂੰ ਮਿਲਣਾ, ਕੋਈ ਵੀ ਆ ਜਾਵੇ। ਜਦੋਂ ਲੜਕੀ ਤੇ ਦੋਹਤਰ ਦੋਵੇਂ ਜਾਣੇ ਆਏ, ਆ ਕੇ ਬੇਨਤੀ ਕਰੀ ਅਸੀਂ ਮਹਾਂਪੁਰਖ ਬਾਬਾ ਗੱਜਣ ਸਾਹਿਬ ਜੀ ਨੂੰ ਮਿਲਣਾ, ਕਹਿੰਦੇ ਅੱਗੋਂ ਇਨਕਾਰ ਕਰ ਦਿੱਤਾ, ਤੁਸੀਂ ਮਹਾਂਪੁਰਖਾਂ ਨੂੰ ਨਹੀਂ ਮਿਲ ਸਕਦੇ। ਇਤਿਹਾਸ ਦੱਸਦਾ ਕਹਿੰਦੇ ਜਦੋਂ ਤੇ ਉਹ ਲੜਕੀ ਉੱਥੋਂ ਤੁਰੀ ਸੀ ਮਹਾਂਪੁਰਖ, ਕਹਿੰਦੇ ਮਹਾਂਪੁਰਖਾਂ ਦੇ ਅੱਖ ਦੇ ਵਿੱਚ ਇੱਕ ਕਣ ਪਿਆ। ਜਦੋਂ ਉਹ ਕਣ ਪਿਆ, ਕਹਿੰਦੇ ਮਹਾਂਪੁਰਖਾਂ ਦੀ ਅੱਖ ਦੇ ਵਿੱਚ ਪੀੜ ਸ਼ੁਰੂ ਹੋ ਗਈ। ਸਾਧੂ ਭਲਾ ਕਰਦੇ ਆ, ਜੁਗਤੀ ਦੇ ਨਾਲ ਮੁਕਤੀ ਕਰਦੇ ਨੇ, ਆਖੋ ਸਤਨਾਮ। ਜੁਗਤੀ ਨਾਲ ਮੁਕਤੀ ਕਰਦੇ ਨੇ, ਉਹ ਜਿਹੜਾ ਸ਼ਰਾਪ ਸੀ ਉਹ ਟਲ ਨਹੀਂ ਸੀ ਸਕਦਾ, ਉਹਨਾਂ ਨੇ ਵੀ ਖਤਮ ਹੋ ਜਾਣਾ ਸੀ। ਪਰ ਜਦੋਂ ਕੋਈ ਨੀਵਾਂ ਹੋ ਕੇ ਤੁਰ ਪਵੇ ਤਾਂ ਨੀਵਾਂ ਹੋ ਕੇ ਇਸ ਦਰ ਤੇ ਆ ਜਾਵੇ। ਜੋ ਸਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸਵਾਮੀ ਛੰਦਾ, ਇਹ ਰੱਬ ਦੇ ਪਿਆਰਿਆਂ ਦਾ ਤੇ ਰੱਬ ਦਾ ਅਕਾਲ ਪੁਰਖ ਪਰਮੇਸ਼ਰ ਦਾ, ਕਹਿੰਦੇ ਇਹ ਪ੍ਰਕਿਰਤੀ ਦਾ ਨਿਜਮ ਹੈ ਵੀ ਉਹਨੂੰ ਆਏ ਹੋਏ ਨੂੰ ਗਲ ਦੇ ਨਾਲ ਲਾ ਲੈਣ, ਆਖੋ ਸਤਨਾਮ। ਮਹਾਂਪੁਰਖਾਂ ਦੀ ਅੱਖ ਦੇ ਵਿੱਚ ਕਣ ਪਿਆ, ਸੇਵਾਦਾਰਾਂ ਨੇ ਆਖਿਆ ਮਹਾਂਪੁਰਖ ਕੱਢ ਦਿੰਦੇ ਆ, ਕਹਿੰਦੇ ਨਹੀਂ ਇਹ ਜਦੋਂ ਨਿਕਲੇਗਾ ਆਪਣੇ ਆਪ ਹੀ ਨਿਕਲੇਗਾ, ਆਖੋ ਸਤਨਾਮ। ਕਿਸੇ ਨੇ ਨੀ ਕੱਢਣਾ, ਕਹਿੰਦੇ ਉਹ ਲੜਕੀ ਦਾ ਦ੍ਰਿੜ ਵਿਸ਼ਵਾਸ ਜਦੋਂ ਮਹਾਂਪੁਰਖਾਂ ਦੇ ਮਿਲਣ ਤੋਂ ਜਵਾਬ ਮਿਲ ਗਿਆ, ਕਹਿੰਦੇ ਇਸੇ ਨਗਰ ਦੇ ਫਿਰ ਛੱਪੜ ਦੇ ਉੱਪਰ, ਛੱਪੜ ਦੇ ਉੱਪਰ ਕਹਿੰਦੇ ਆਪਣੀ ਕੁੱਲੀ ਬਣਾ ਲਈ, ਆਖੋ ਸਤਨਾਮ। ਜਦੋਂ ਮਹਾਂਪੁਰਖ ਮੈਨੂੰ ਬਖਸ਼ਣਗੇ ਮੈਂ ਵਾਪਸ ਉਦੋਂ ਜਾਵਾਂਗੀ। ਜਦੋਂ ਕਈ ਦਿਨ ਲੱਗ ਗਏ, ਸਵੇਰੇ ਸਾਹਿਬ ਕਹਿੰਦੇ ਸਿਮਰਨ ਕਰਦੀ ਆ, ਨਾਮ ਜਪਦੀ ਆ, ਕਿਸੇ ਨੇ ਆ ਕੇ ਕਿਹਾ ਕਹਿੰਦੇ ਇੱਦਾਂ ਕਰੋ, ਮਹਾਂਪੁਰਖਾਂ ਦੇ ਚਾਰ ਪੁੱਤਰ ਨੇ, ਉਹਨਾਂ ਚਾਰੇ ਪੁੱਤਰਾਂ ਨੂੰ ਤੁਸੀਂ ਬੇਨਤੀ ਕਰੋ, ਤੁਹਾਡੀ ਬੇਨਤੀ ਮਹਾਂਪੁਰਖਾਂ ਕੋਲੇ ਪਹੁੰਚਾਉਣਗੇ ਤੇ ਫਿਰ ਤੁਹਾਨੂੰ ਮਿਲ ਸਕਦੇ ਨੇ, ਨਹੀਂ ਨਹੀਂ ਮਿਲਦੇ। ਕਹਿੰਦੇ ਜਦੋਂ ਕਈ ਦਿਨ ਬੀਤ ਗਏ, ਸਮਾਂ ਲੰਘ ਗਿਆ, ਫਿਰ ਮਹਾਂਪੁਰਖਾਂ ਦੇ ਪੁੱਤਰਾਂ ਨੂੰ ਬੇਨਤੀ ਕਰੀ, ਬਾਬਾ ਜੀ ਤੁਸੀਂ ਮਹਾਂਪੁਰਖ ਬਾਬਾ ਗੱਜਣ ਸਾਹਿਬ ਜੀ ਦੇ ਨੇੜੇ ਰਹਿੰਦੇ ਹੋ, ਮੈਂ ਨਿਮਾਣੀ ਬਣ ਕੇ ਨਿਮਾਣੀ ਬਣ ਕੇ ਆਈ ਆ, ਕਿਰਪਾ ਕਰਦੇ ਹੋ। ਉਹ ਹੰਕਾਰ ਨਾ ਰਿਹਾ, ਉਹ ਮਾਣ ਨਾ ਰਿਹਾ, ਟੁੱਟ ਗਿਆ ਸਭ ਕੁਝ, ਸਭੋ ਭਜੋ ਆਸਰਾ ਟੁੱਟਾ ਸਭ ਅਸਰਾਓ, ਜਿੱਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤੱਤੀ ਬਾਹ। ਜਦੋਂ ਦੁਨੀਆ ਦੇ ਆਸਰੇ ਟੁੱਟ ਜਾਣ ਤਾਂ ਫਿਰ ਰੱਬ ਨੂੰ ਯਾਦ ਕਰਦੇ ਆ। ਦਾਦਾ ਜੀ
ਸਧਾਰਨ ਬਣ ਕੇ ਤੁਹਾਡੇ ਚਰਨਾਂ ਤੋਂ ਮਹਾਂਪੁਰਖ ਤੋਂ ਭੀਖ ਲੈਣ ਵਾਸਤੇ ਆਈਆਂ, ਕਿਰਪਾ ਕਰਦੇ ਹੋ। ਕਹਿੰਦੇ ਜਦੋਂ ਜਾ ਕੇ ਮਹਾਂਪੁਰਖਾਂ ਨੂੰ ਬੇਨਤੀ ਕਰੀ, ਮਹਾਂਪੁਰਖ ਕਹਿੰਦੇ ਭਾਈ ਲੈ ਕੇ ਆਓ। ਹੁਣ ਉਸ ਨਿਮਾਣੀ ਨੂੰ, ਉਸ ਨਿਤਾਣੀ ਨੂੰ ਮਹਾਂਪੁਰਖਾਂ ਦੇ ਬੇਟਿਆਂ ਨੇ, ਪੁੱਤਰਾਂ ਨੇ ਕਹਿੰਦੇ ਮਹਾਂਪੁਰਖ ਬਾਬਾ ਗੱਜਣ ਸਾਹਿਬ ਜੀ ਦੇ ਅੱਗੇ ਪੇਸ਼ ਕਰਿਆ। ਬਾਬਾ ਗੱਜਣ ਸਾਹਿਬ ਜੀ ਆਖਦੇ ਆ, ਕਹਿੰਦੇ ਭਾਈ ਤੁਸੀਂ ਸਾਡੇ ਨਾਲ ਕੋਈ ਗੱਲ ਕਰੀ ਹੁੰਦੀ ਤੇ ਕੋਈ ਗੱਲ ਨਹੀਂ, ਸਾਡੇ ਨਾਲ ਕੋਈ ਵਧੀਕੀ ਕਰੀ ਹੁੰਦੀ ਤੇ ਅਸੀਂ ਝੱਲ ਲੈਣਾ ਸੀ। ਤੁਸੀਂ ਉਹਨਾਂ ਮਹਾਂਪੁਰਖਾਂ ਨਾਲ ਵਧੀਕੀ ਕਰੀ, ਉਹਨਾਂ ਮਹਾਂਪੁਰਖਾਂ ਨੂੰ ਤੁਹਾਡੇ ਪਰਿਵਾਰ ਨੇ ਬੋਲ ਕਬੋਲ ਬੋਲੇ। ਜਿਹੜਾ ਇਹ ਸਰਾਪ ਹੈ, ਜਿਹੜਾ ਇਹ ਬੋਲ ਹੈ, ਏਦਾਂ ਨਹੀਂ ਟਲ ਸਕਦਾ। ਇਹ ਉਦੋਂ ਟਲੇਗਾ ਜਦੋਂ ਸਾਡੀ ਅੱਖ ਠੀਕ ਹੋਵੇਗੀ। ਆਖੋ ਸਤਨਾਮ। ਤੁਹਾਡਾ ਦੁੱਖ ਹੈ ਜਿਹੜਾ, ਉਹ ਅਸੀਂ ਆਪਣੇ ਸਿਰ ਲਵਾਂਗੇ। ਗੁਰਮੁਖ ਪਿਆਰੇ ਹੋ, ਰੱਬ ਦੇ ਪਿਆਰੇ ਨੇ ਜਿਹੜੇ ਸਾਧੂ ਨੇ, ਉਹ ਸੰਗਤਾਂ ਦੇ ਦੁੱਖ ਆਪਣੇ ਸਿਰ ਲੈ ਲੈਂਦੇ। ਆਖੋ ਸਤਨਾਮ। ਮਹਾਂਪੁਰਖਾਂ ਦੇ ਚਰਨੀ ਮੱਥਾ ਟੇਕਿਆ ਉਹ ਲੜਕੀ ਨੇ, ਉਸ ਬੱਚੇ ਨੇ, ਬਾਬਾ ਜੀ ਕਿਰਪਾ ਕਰਦੇ ਹੋ ਹੋਈਆਂ ਫੁੱਲਾਂ ਦੀ। ਫੁੱਲਾਂ ਬਖਸ਼ ਦੇ ਤੂੰ ਰੱਬ ਦੇ ਪਿਆਰਿਆ, ਬੱਚੇ ਤਾਂ ਫੁੱਲਣ ਹਾਰ ਬੇਅੰਤ ਗਲਤੀਆਂ ਹੋ ਜਾਂਦੀਆਂ ਨੇ, ਮਾਤਾ ਪਿਤਾ ਉਹਨਾਂ ਦੀਆਂ ਗਲਤੀਆਂ ਨੂੰ ਬਖਸ਼ਦੇ ਆਏ। ਮਹਾਂਪੁਰਖੋ ਕਿਰਪਾ ਕਰੋ, ਅਸੀਂ ਜਾਣਦੇ ਹਾਂ ਕਿ ਸਾਡੇ ਤੋਂ ਬਹੁਤ ਵੱਡੀ ਅਵੱਗਿਆ ਹੋ ਗਈ, ਪਰ ਕਿਰਪਾ ਕਰਿਓ, ਤੁਹਾਡੇ ਤੋਂ ਬਿਨਾਂ ਨਹੀਂ ਕੋਈ ਬਖਸ਼ ਸਕਦਾ। ਤੁਸੀਂ ਸਾਡੀ ਹੋਈ ਗਲਤੀ ਨੂੰ ਖਿਮਾ ਦੇ ਵਿੱਚ ਬਦਲ ਦਿਓ, ਸਾਡੀ ਹੋਈ ਗਲਤੀ ਨੂੰ ਬਖਸ਼ ਦਿਓ। ਕਹਿੰਦੇ ਜਦੋਂ ਮਹਾਂਪੁਰਖਾਂ ਦੇ ਚਰਨਾਂ 'ਤੇ ਟੈਪੇ ਸਾਧੂ ਦਾ, ਕਹਿੰਦੇ ਜਿਹੜਾ ਦਿਲ ਹੈ, ਜਿਹੜਾ ਹਿਰਦਾ ਹੈ, ਉਹ ਮੋਮ ਹੁੰਦਾ। ਕਹਿੰਦੇ ਮਹਾਂਪੁਰਖਾਂ ਨੇ ਗਲ ਦੇ ਨਾਲ ਲਾ ਲਿਆ। ਆਖੋ ਸਤਨਾਮ। ਉਹ ਪਰਿਵਾਰ ਨੂੰ ਕੀ ਸੰਗਤ ਜੀ, ਇੱਥੇ ਹਜ਼ਾਰਾਂ ਪਰਿਵਾਰਾਂ ਨੂੰ ਮਹਾਂਪੁਰਖ ਗਲ ਦੇ ਨਾਲ ਲਾਉਂਦੇ ਆ। ਲੱਖਾਂ ਪਰਿਵਾਰ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਕਿੰਨੇ ਇਸ ਪਾਵਨ ਸਥਾਨ ਤੇ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਜੁੜਦੇ ਨੇ। ਕਿੰਨੇ ਸਾਲ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਪਰਿਵਾਰ, ਕੋਈ ਕਦੋਂ ਕੋਈ ਕਦੋਂ, ਹਰ ਰੋਜ਼ ਹੀ ਮੇਲੇ ਲੱਗਦੇ ਆ ਇਸ ਸਥਾਨ ਤੇ। ਸਭ ਮਹਾਂਪੁਰਖਾਂ ਦੀਆਂ ਵਡਿਆਈਆਂ ਨੇ, ਨਾਮ ਦੀਆਂ ਵਡਿਆਈਆਂ ਨੇ, ਸਿਮਰਨ ਦੀਆਂ ਵਡਿਆਈਆਂ ਨੇ। ਸੰਗਤ ਜੀ, ਮੈਂ ਜਿੱਥੋਂ ਸ਼ੁਰੂ ਕਰਿਆ ਸੀ ਉੱਥੇ ਸਮਾਪਤੀ ਕਰਾਂ, ਕਿਉਂਕਿ ਰੱਬ ਦੇ ਪਿਆਰੇ, ਸਾਡਾ ਅਸਲ ਮਨੋਰਥ ਕੀ ਹੈ? ਪਰਮਾਤਮਾ ਨੂੰ ਮਿਲਣ ਵਾਸਤੇ ਇਹ ਆਤਮਾ ਆਈ ਆ, ਇੱਕ ਸਰੀਰ ਲੈ ਕੇ ਆਤਮਾ ਨੇ ਸਰੀਰ ਵਿੱਚ ਪ੍ਰਵੇਸ਼ ਕਰਿਆ। ਆਤਮਾ ਪਰਮਾਤਮਾ ਨੂੰ ਮਿਲਣ ਵਾਸਤੇ ਆਈ ਹੈ। ਜਿੱਥੇ ਤਨ ਦੇ ਨਾਲ ਜੁੜੇ ਰਿਸ਼ਤੇ ਨਿਭਾਉਂਦੇ ਹਨ,
ਉੱਥੇ ਆਤਮਾ ਨਾਲ ਜੁੜਿਆ ਹੋਇਆ ਰਿਸ਼ਤਾ ਵੀ ਨਿਭਾਈਏ। ਆਖੋ ਸਤਨਾਮ। ਆਤਮਾ ਨਾਲ ਕੌਣ ਜੁੜਿਆ? ਉਹ ਹੈ ਪਰਮਾਤਮਾ, ਉਹ ਹੈ ਰੱਬ ਅਕਾਲ ਪੁਰਖ ਪਰਮੇਸ਼ਰ। ਜੇ ਅਸੀਂ ਉਹ ਰਿਸ਼ਤਾ ਨਿਭਾਵਾਂਗੇ ਤੇ ਸਾਡੇ ਤਮਾਮ ਰਿਸ਼ਤੇ ਕਾਇਮ ਰਹਿਣਗੇ। ਜੇ ਕਿਤੇ ਰੱਬ ਦਾ ਰਿਸ਼ਤਾ ਭੁੱਲ ਗਏ ਸੰਗਤ ਜੀ, ਫਿਰ ਸਾਰੇ ਰਿਸ਼ਤੇ ਸਾਡੇ ਖਤਮ ਹੋ ਜਾਣੇ। ਆਖੋ ਸਤਨਾਮ। ਆਓ ਇੱਕ ਬੇਨਤੀ ਕਰੀਏ ਸੱਚੇ ਪਾਤਸ਼ਾਹ, ਜਿਵੇਂ ਪਿਛਲੇ ਸਾਲ ਕਿਰਪਾ ਕਰੀ ਸੀ, ਇਸ ਸਾਲ ਮੇਰਾ ਖਿਆਲ ਪਿਛਲੇ ਸਾਲ ਨੂੰ ਵੀ ਜ਼ਿਆਦਾ ਇਕੱਠ ਹੈ। ਕਿਰਪਾ ਕਰਿਓ, ਇਸੇ ਤਰ੍ਹਾਂ ਗਾਂ ਵਾਸਤੇ ਵੀ ਬਖਸ਼ਿਸ਼ਾਂ ਕਰਦੇ ਜੀ। ਰੱਬ ਦੇ ਪਿਆਰਿਆਂ ਦਾ ਮੇਲ ਕਦੋਂ ਹੁੰਦਾ? ਜਦੋਂ ਸਾਡੇ ਪੂਰਬਲੇ ਕਰਮ ਜਾਗਦੇ। ਆਖੋ ਸਤਨਾਮ। ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ, ਮਿਟੇ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਵੈਰਾਗੀ। ਪੂਰਬਲੇ ਕਰਮਾਂ ਦੇ ਨਾਲ ਮਹਾਂਪੁਰਖ ਸਤਿਕਾਰਯੋਗ ਬਾਬਾ ਗੱਜਣ ਸਾਹਿਬ ਜੀ, ਉਹਨਾਂ ਦੀ ਯਾਦ ਦੇ ਵਿੱਚ ਸਾਹਿਬ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਕੇ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਗੁਰੂ ਸਾਹਿਬ ਜੀ ਕਿਰਪਾ ਕਰਦੇ ਰਹਿਣ, ਇਸੇ ਤਰ੍ਹਾਂ ਸੰਗਤਾਂ ਦੇ ਮੇਲੇ ਲੱਗਦੇ ਰਹਿਣ, ਮਹਾਂਪੁਰਖਾਂ ਦੀਆਂ ਯਾਦਾਂ ਆਪਾਂ ਸਾਰੇ ਮਨਾਉਂਦੇ ਰਹੀਏ। ਜਦੋਂ ਯਾਦ ਦੇ ਵਿੱਚ ਜੁੜ ਜਾਈਏ ਨਾ, ਪਿਛਲੇ ਸਾਲ ਮੈਂ ਬੇਨਤੀ ਕਰੀ ਸੀ, ਦੁਨੀਆਂ ਦੇ ਲੋਕ ਉਹਨੂੰ ਯਾਦ ਕਰਦੇ ਆ ਜਿਹਨੇ ਰੱਬ ਨੂੰ ਯਾਦ ਕੀਤਾ, ਨਹੀਂ ਤਾਂ ਕੋਈ ਅੱਜ ਭੁੱਲ ਜਾਏਗਾ, ਕੋਈ ਕੱਲ, ਕੋਈ ਪਰਸੋਂ। ਰਹਿੰਦੀ ਦੁਨੀਆ ਤੱਕ ਉਹ ਲੋਕ ਹੁਕਮ ਆਇਆ ਵੀ ਹੋਰ ਲਓ, ਜਗ ਜਿਉਂਦੇ ਨੇ ਜਿਹਦੀ ਯਾਦ ਮਰ ਜਾਵੇ ਨਾ, ਉਹ ਬੰਦਾ ਸਨੋਰੋਂ ਮਰਦਾ। ਕੋਈ ਸਤਨਾਮ। ਜਿਹਦੀ ਯਾਦ ਮਰ ਜਾਵੇ, ਜਿਹਨੂੰ ਲੋਕ ਭੁੱਲ ਜਾਣ, ਸਰੀਰ ਦੇ ਮਰਨ ਨੂੰ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਕਿਹਾ ਕਰਦੇ ਸਨ, ਕਹਿੰਦੇ ਸਰੀਰ ਦਾ ਮਰ ਜਾਣਾ ਮੌਤ ਨੀ, ਜ਼ਮੀਰ ਦਾ ਮਰ ਜਾਣਾ ਮੌਤ ਹੈ। ਆਖੋ ਸਤਨਾਮ। ਜਦੋਂ ਯਾਦ ਮਰ ਜਾਵੇ ਸਾਡੀ, ਅਸਲ ਮੌਤ ਉਦੋਂ ਹੁੰਦੀ ਹੈ ਜਦੋਂ ਸਾਨੂੰ ਲੋਕ ਭੁੱਲ ਜਾਣ। ਜਿਉਂਦੇ ਕੌਣ ਨੇ? ਤਿੰਨੇ ਜੱਗ ਜਿਉਂਦੇ ਨੇ। Stop.
ਦੀ ਤਾਂ ਕਿਉਂ ਛੱਡੀ। ਰੱਬ ਨੇ ਤੇ ਮਿਲ ਜਾਣਾ ਸੀ, ਰੱਬ ਨੂੰ ਮਿਲਣ ਵਾਸਤੇ ਤੇ ਤੁਰੇ ਹੀ ਨਹੀਂ, ਪਰਮੇਸ਼ਰ ਨੂੰ ਮਿਲਣ ਵਾਸਤੇ ਕਿਉਂ ਨਹੀਂ ਤੁਰੇ, ਕਿਉਂ ਨਹੀਂ ਮਿਲਿਆ? ਕਿਉਂਕਿ ਜਿਹੜੇ ਉਹਦੇ ਗੁਣ ਸਨ ਉਹਨਾਂ ਨੂੰ ਗ੍ਰਹਿਣ ਨਹੀਂ ਕਰਿਆ। ਗ੍ਰਹਿਣ ਕਰਨਾ ਦੂਰ ਦੀ ਗੱਲ, ਗੁਣਾਂ ਨੂੰ ਇਕੱਲੇ ਬੰਨਣਾ ਦੂਰ ਦੀ ਗੱਲ। ਅਸੀਂ ਤੇ ਗੁਣ ਕਦੇ ਪੜ੍ਹ ਕੇ ਵੀ ਨਹੀਂ ਵੇਖੇ। ਆਖੋ ਸਤਨਾਮ, ਇੱਕ ਓਅੰਕਾਰ ਤੋਂ ਲੈ ਕੇ 18:10-20 ਤੱਕ ਕਦੇ ਪੜ੍ਹਿਆ ਤੇ ਸੁਣਿਆ ਨਹੀਂ। ਜਦੋਂ ਸੁਣਾਂਗੇ ਸੰਗਤ ਜੀ, ਜਦੋਂ ਪੜ੍ਹਾਂਗੇ ਨਾ, ਸਾਰੇ ਕਹਿੰਦੇ ਆ ਦਸਵਾਂ ਦੁਆਰ ਕਦੇ ਸੁਣ ਕੇ ਵੇਖੋ। ਇੱਕ ਓਅੰਕਾਰ ਤੋਂ ਲੈ ਕੇ 18:10-20 ਤੱਕ ਪਿਆਰ ਦੇ ਨਾਲ ਇਕੱਲਾ ਇਕੱਲਾ ਅੱਖਰ, ਇਕੱਲਾ ਇਕੱਲਾ ਸ਼ਬਦ ਸੁਣੋ। ਇੱਕ ਵਾਰ ਸੁਣਨ ਦੀ ਗੱਲ ਹੈ ਤੇ ਦਸਵਾਂ ਦੁਆਰ ਖੁੱਲ ਜਾਵੇਗਾ। ਖੁਸ਼ ਸਤਨਾ, ਪਰ ਸਮਾਂ ਕਿੱਥੇ, ਟਾਈਮ ਕਿੱਥੇ? ਅਸੀਂ ਤੇ ਉਹ ਪਰਿਵਾਰ ਦੀ ਕਰਮ ਮਾੜਾ ਹੀ ਸੋਚਦੇ ਹਾਂ, ਮਾੜਾ ਹੀ ਚਿਤਵਦੇ ਹਾਂ ਤੇ ਮਾੜਾ ਹੀ ਫਿਰ ਸਾਡੇ ਨਾਲ ਹੁੰਦਾ। ਖੁਸ਼ ਸਤਨਾ, ਮਹਾਂਪੁਰਖਾਂ ਦੇ ਪਾਵਨ ਸਥਾਨ ਤੇ ਪਹੁੰਚਦੇ ਹੋ, ਉਹਨਾਂ ਦੇ ਜੀਵਨ ਦਾ ਇੱਕ ਗੁਣ ਲੈ ਕੇ ਜਾਈਏ। ਮਹਾਂਪੁਰਖਾਂ ਨੇ ਕਿਹਾ ਸੀ, ਕਹਿੰਦੇ ਸਾਨੂੰ ਤੇ ਭਾਈ ਸਾਰੇ ਹੀ ਇੱਕ ਨੇ, ਇੱਥੇ ਨਾ ਕੋ ਵੈਰੀ ਨਾ ਹੀ ਬੇਗਾਨਾ, ਨਾ ਤਾਂ ਕੋਈ ਸਾਡਾ ਦੁਸ਼ਮਣ ਹੈ ਤੇ ਨਾ ਕੋਈ ਸਾਡਾ, ਸਾਨੂੰ ਕੋਈ ਬੇਗਾਨਾ ਲੱਗਦਾ। ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਸਭ ਕੋ ਬਣਾ, ਸਾਡਾ ਤੇ ਸਾਰਿਆਂ ਨਾਲ ਹੀ ਪਿਆਰਾ। ਸਾਨੂੰ ਕੋਈ ਕਹੀ ਜਾਵੇ, ਬੋਲ ਕਬੋਲ ਬੋਲ ਜਾਵੇ, ਕੋਈ ਗੱਲ ਨਹੀਂ, ਪਰ ਜਦੋਂ ਕੋਈ ਰੱਬ ਦੇ ਪਿਆਰਿਆਂ ਨੂੰ ਬੋਲਦਾ ਨਾ, ਉਹ ਨਹੀਂ ਸਾਡੇ ਤੋਂ ਬਰਦਾਸ਼ਤ ਹੁੰਦਾ। ਇਹੋ ਜਿਹੇ ਸੁਭਾਅ ਦੇ ਮਾਲਕ ਸਨ ਬਾਬਾ ਗੱਜਣ ਸਾਹਿਬ ਜੀ, ਜਿਨ੍ਹਾਂ ਦੀ ਪਾਵਨ ਬਰਸੀ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬੇਅੰਤ ਸੰਗਤਾਂ ਦਾ ਇਕੱਠ ਸਾਰੇ ਆਪਾਂ ਜੁੜੇ ਹਾਂ, ਰਲ ਮਿਲ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰੀ। ਮੈਂ ਹਮੇਸ਼ਾ ਬੇਨਤੀ ਕਰਦਾ, ਉਹਨਾਂ ਦੇ ਜੀਵਨ ਦੇ ਵਿੱਚੋਂ ਇੱਕ ਗੁਣ ਲੈ ਲਈਏ ਤਾਂ ਤੇ ਜੀਵਨ ਸਫਲ ਹੋ ਜਾਵੇਗਾ। ਸਾਲ ਬਾਅਦ ਆਪਾਂ ਆਉਂਦੇ ਹਾਂ, ਸਾਲ ਬਾਅਦ ਇੱਕ ਅਵਗੁਣ ਛੱਡ ਦਈਏ ਤੇ ਗੁਣ ਲੈ ਲਈਏ। ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵਗੁਣ ਚਲੀ। ਗੁਣਾਂ ਦੀ ਸਾਂਝ ਹੈ ਇੱਥੇ, ਗੁਣਾਂ ਦੀ ਸਾਂਝ ਪਾਇਆ ਕਰੀ ਆ ਕੇ। ਪਰ ਕੰਮ ਕੀ ਹੈ, ਸਾਡਾ ਕਲਯੁਗ ਦਾ ਐਸਾ ਸਮਾਂ ਹੈ, ਗੁਣਾਂ ਕੀ ਵਿਹੰਜੈ ਗੰਠੜੀ। ਅਸੀਂ ਤੇ 24 ਘੰਟੇ ਅਵਗੁਣ ਕੀ ਬੰਨਾ ਗੰਠੜੀ, ਗੁਣ ਨਾ ਵਿਹਾਜੈ ਕੋਏ। ਅਵਗੁਣਾਂ ਦੀਆਂ ਗੰਢਾਂ ਬੰਨੀ ਜਾਂਦੇ ਹਾਂ ਤੇ ਗੁਣਾਂ ਦੀ ਤੇ ਗੱਲ ਹੀ ਕੋਈ ਨਹੀਂ ਕਰਦਾ। ਉਹ ਮਹਾਂਪੁਰਖਾਂ ਵਿੱਚ ਇੱਕ ਗੁਣ ਨਹੀਂ ਸਨ, ਉਹਦੇ ਗੁਣਾਂ ਦੇ ਸਾਗਰ ਸਨ। ਆਖੋ ਸਤਨਾਮ, ਇੱਕ ਇੱਕ ਗੁਣ ਸਾਲ ਵੱਧ ਲਈਏ ਤਾਂ ਜੋ ਸਾਡਾ ਵੀ ਜੀਵਨ ਸਫਲ ਹੋ ਜਾਵੇ। ਹੋਈਆਂ ਫੁੱਲਾਂ ਦੀ ਖਿਮਾ, ਸਾਰੀਆਂ ਸੰਗਤਾਂ ਦਾ ਧੰਨਵਾਦ। 12:15 ਤੱਕ ਦਾ ਸਮਾਂ ਸੀ, 12:15 ਵੱਜ ਚੁੱਕੇ ਨੇ। ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਇੱਥੋਂ ਦੇ ਪ੍ਰਬੰਧਕਾਂ ਦਾ, ਇੱਥੋਂ ਦੇ ਸੇਵਾਦਾਰਾਂ ਦਾ, ਸਾਡੇ ਸਤਿਕਾਰਯੋਗ ਭਾਈ ਸੁਖਵਿੰਦਰ ਸਿੰਘ ਜੀ ਉਹਨਾਂ ਦਾ ਅਤੇ ਉਹਨਾਂ ਦਾ ਬੇਟਾ ਕੁਵਾਲ ਸਿੰਘ ਸੁੱਖੀ, ਜਿਹੜਾ ਯੂਟਿਊਬ 'ਤੇ ਲਾਈਵ ਟੈਲੀਕਾਸਟ ਕਰ ਰਿਹਾ ਪ੍ਰੋਗਰਾਮ ਦਾ। ਗੁਰੂ ਸਾਹਿਬ ਕਿਰਪਾ ਕਰਨ, ਇਸ ਬੱਚੇ ਦੇ ਸਿਰ 'ਤੇ ਮਿਹਰ ਦਾ ਹੱਥ ਰੱਖਣ। ਕਲਾਕਾਰੀ ਦੀ ਲਾਈਨ ਦੇ ਵਿੱਚ ਚੱਲ ਰਹੇ ਆ, ਸਤਿਗੁਰੂ ਸੱਚੇ ਪਾਤਸ਼ਾਹ ਦਿਨ ਦੁਗਣੀ ਰਾਜ ਦੁਗਣੀ ਤਰੱਕੀ ਬਖਸ਼ਣ। ਭਾਈ ਸੁਖਵਿੰਦਰ ਸਿੰਘ ਉਹਨਾਂ ਦਾ ਧੰਨਵਾਦ, ਇੱਥੋਂ ਦੇ ਪ੍ਰਬੰਧਕਾਂ ਦਾ ਧੰਨਵਾਦ, ਇੱਥੋਂ ਦੀ ਕਮੇਟੀ ਦਾ, ਨਗਰ ਪੰਚਾਇਤ, ਸਾਰੀਆਂ ਸੰਗਤਾਂ ਦਾ ਧੰਨਵਾਦ। ਕੋਟਾਨਵਾਦ ਕੋਟਾਨਵਾਦ ਧੰਨਵਾਦ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪਣੇ ਪਾਵਨ ਚਰਨਾਂ ਦੇ ਵਿੱਚ ਬੈਠਣ ਦੀ ਥਾਂ ਦਿੱਤੀ। ਹੋਈਆਂ ਫੁੱਲਾਂ ਦੀ ਖਿਮਾ, ਸਾਰੀਆਂ ਸੰਗਤਾਂ ਦਾ ਇੱਕ ਵਾਰ ਧੰਨਵਾਦ। ਅੰਮ੍ਰਿਤ ਛਕੋ, ਸਿੰਘ ਸਜੋ ਗੁਰੂ ਵਾਲੇ ਬਣੋ, ਆਨੰਦ ਸਾਹਿਬ ਵਿੱਚ ਜੁੜ ਕੇ ਰਸਮ ਪਵਿੱਤਰ ਕਰੋ। ਸਿੱਖ ਹੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ, ਮੁਖੀ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਰਾਮ ਕਲੀ ਮਹਲਾ ਤੀਜਾ, ਨਾਨਕ ਓਅੰਕਾਰ ਸਤਿਗੁਰ ਪ੍ਰਸਾਦ,
आनंद पया मेरी पारे Thank you.